ਟੂਰਿਜ਼ਮ ਦੀ ਚੋਣ ਤੇ ਅੱਜ ਸੱਤਾਧਾਰੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਹੈ। ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਰੇ ਉਮੀਦਵਾਰਾਂ ਨੂੰ ਪਛਾੜਦਿਆਂ 37,000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਦੱਸ ਦਈਏ ਕਿ ਧੂਰੀ ਸੀਟ ਸੱਤਾਧਾਰੀ ਧਿਰ ਅਤੇ ਕਾਂਗਰਸ ਲਈ ਵਕਾਰ ਦਾ ਸਵਾਲ ਬਣੀ ਹੋਈ ਸੀ, ਪਰ ਆਖਿਰਕਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਸੀਟ ਅਕਾਲੀ ਦਲ ਦੀ ਝੋਲੀ ਵਿੱਚ ਪਾ ਦਿੱਤੀ। ਇਸ ਜਿੱਤ ਨਾਲ ਅਕਾਲੀ ਦਲ ਨੂੰ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਬਲਬੂਤੇ ਤੇ ਬਹੁਮਤ ਹਾਸਲ ਹੋ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ, ਪਿੰਗਲ ਪਰਬਤ ਪਾਰ ਕਰੇ ਖਰਚ ਅਦਰ ਵਕੀਤਾ, ਅਤੇ ਫਿਰ ਮੈਂ ਧੂਰੀ ਹਲਕੇ ਦੇ ਸਮੂਹ ਵੋਟਰਾਂ ਦਾ ਬਹੁਤ ਬਹੁਤ ਧੰਨਵਾਦੀ ਵੀ ਹਾਂ। ਇਹ ਜਿਹੜੀ ਜਿੱਤ ਹੈ ਸਮੂਹ ਧੂਰੀ ਹਲਕੇ ਦੇ ਵੋਟਰਾਂ ਦੀ ਜਿੱਤ ਹੈ, ਸਪੋਰਟਰਾਂ ਦੀ ਜਿੱਤ ਹੈ। ਸੋ ਮੈਂ ਧੰਨਵਾਦੀ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੀ ਦਾ ਅਤੇ ਸਮੁੱਚੀ ਲੀਡਰਸ਼ਿਪ ਦਾ। ਮੈਂ ਸਮਝਦਾ ਜਿਹੜੀ ਇਹ ਜਿੱਤ ਹੈ, ਜਿੱਥੇ ਪਿਛਲੇ 3 ਸਾਲਾਂ ਤੋਂ ਮੈਂ ਇਸ ਹਲਕੇ ਦੇ ਵਿੱਚ ਲਗਾਤਾਰ ਵਿਚਰਦਾ ਰਿਹਾ, ਲੋਕਾਂ ਦੇ ਕੰਮਾਂ ਦੇ ਲਈ ਦੁੱਖਾਂ ਸੁੱਖਾਂ ਦਾ ਦੇ ਨਾਲ ਰਿਹਾ, ਅਤੇ ਲੋਕਾਂ ਨੇ ਮੈਨੂੰ ਬਹੁਤ ਵੱਡਾ ਆਦਰ ਸਤਿਕਾਰ ਦਿੱਤਾ। ਅਤੇ ਦੂਸਰਾ, ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਜੋ ਵਿਕਾਸ ਮੁਖੀ ਨੀਤੀਆਂ ਨੇ, ਅਮਨ ਸ਼ਾਂਤੀ ਦੀਆਂ ਅਤੇ ਹੋਰ ਜਿਹੜੀਆਂ ਵੀ ਉਹਨਾਂ ਨੀਤੀਆਂ 'ਤੇ ਇਹ ਧੂਰੀ ਹਲਕੇ ਵਾਲਿਆਂ ਨੇ ਇੱਕ ਮੋਹਰ ਲਾਈ ਹੈ। ਅਤੇ ਆਉਣ ਵਾਲਾ ਸਮਾਂ ਜੇ 2017 ਦਾ ਜਿਹੜਾ ਹੈ ਜਨਰਲ ਚੋਣਾਂ ਹੋਣੀਆਂ ਨੇ, ਇਹ ਧੂਰੀ ਹਲਕੇ ਨੇ ਇੱਕ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਆਉਣ ਵਾਲੇ ਜਨਰਲ ਚੋਣਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਹੈ ਫਿਰ ਸਰਕਾਰ ਬਣਾਏਗੀ।